ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ। ਇੱਕ ਬਾਈ ਤਾਜ਼ੀ ਸੂਈ ਵੀ ਆ ਤੇ ਤਿੰਨ ਗੱਭਣਾਂ ਨੇ। ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ, ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਆਓ ਪੁੱਛ ਲੈਣੇ ਬਾਈ ਤੋਂ ਡਿਟੇਲ। ਆ ਜਾਓ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ? ਵਧੀਆ, ਬਹੁਤ ਵਧੀਆ ਬਾਈ। ਨਾਮ ਤੇ ਐਡਰੈਸ ਬੋਲ ਦਿਓ। ਨਾਮ ਬਾਈ ਜੀ ਕੁਲਵੀਰ ਸਿੰਘ, ਪਿੰਡ ਬੋਰਸਰੋਡ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ ਜੀ। ਨੇੜੇ ਪਿੰਡ ਬਾਈ? ਨੇੜੇ ਬਾਈ ਜੀ, ਭਾਈ ਭਗਤ ਆਪਾਂ ਨੂੰ 4 ਕਿਲੋਮੀਟਰ ਆ ਤੇ ਮੋਗਾ ਆਪਾਂ ਨੂੰ ਹੈਗਾ 50 ਤੇ ਬਠਿੰਡਾ ਹੈਗਾ ਆਪਣੇ ਘਰੋਂ ਸਹੀ 40। ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ 7842203045। ਠੀਕ ਆ। ਜੇ ਕੋਈ ਬਾਈ ਰਾਮਪੁਰੇ ਸਾਈਡ ਤੋਂ ਆਉਂਦਾ, ਰਾਮਪੁਰਾ ਆਪਾਂ ਨੂੰ 30 ਆ ਤੇ ਇਧਰ ਬਰਨਾਲਾ ਆਪਣੇ ਘਰੋਂ ਸਹੀ 45 ਆ। ਠੀਕ ਆ ਬਾਈ, ਠੀਕ ਹੈ ਬਾਈ। ਜਿਹੜੀ ਪਹਿਲੇ ਨੰਬਰ ਤੇ ਬੈਠਦੀ ਨੇ ਕਿਹੜਾ ਸੂਆ ਸੂਈ ਬਾਈ? ਪਹਿਲਾ ਸੂਆ ਸੂਈ ਆ, ਸੂਈ ਨੂੰ ਅਸੀਂ ਤੀਜਾ ਦੇਣਾ ਨਾੜੂਆ ਬੱਚੇ ਦੇ ਨਾਲ ਆ। ਨਾੜੂਆ ਬੱਚੇ ਦੇ ਨਾਲ? ਹਾਂ ਬਾਈ, ਮਗਰ ਬੱਚਾ ਆਗਾ। ਠੀਕ ਆ। ਤੇ ਇਸ ਟਾਈਮ ਬਾਈ ਇਹ ਥੱਲੇ ਸਹੀ 8.5 ਲੀਟਰ ਬੋਲਾ ਆਗਾ ਤੇ ਦੁੱਧ ਦਊਗੀ 12 ਕਿਲੋ। ਓਕੇ। ਹਾਂ ਬਾਈ, ਠੀਕ ਆ। ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਪਿਓਰ ਜਰਸੀ ਆ ਬਾਈ, 8 ਲੀਟਰ ਬੋਲਾ ਬਾਈ ਕਹਿੰਦਾ ਰੈਡੀ ਆ, 12 ਕਿਲੀਟਰ ਦੁੱਧ ਦੀ ਬਾਈ ਕਹਿੰਦਾ। ਬਾਕੀ ਫੇਸ ਦੇਖੋ, ਫੇਸ ਬੜਾ ਚੰਗਾ, ਕੁਆਲਿਟੀ ਫੁੱਲ ਆ, ਕਲਰ ਬਹੁਤ ਚੰਗਾ, ਚਮਕ ਕਰਨ ਵਾਲੀ ਦੇ ਫੁੱਲ ਆ। ਜਰਸੀ ਆ ਪੰਜਾਬ ਵਾਲੀ ਹਨਾ? ਹਾਂ ਬਾਈ, ਜਰਸੀ ਆ ਬਾਈ ਪੰਜਾਬ ਵਾਲੀ, ਪਲੀ ਵੀ ਫੁੱਲ ਆ। ਆਰਡਰ ਦੇਖੋ, ਆਰਡਰ ਕਮਾਲ ਦਾ, ਬਹੁਤ ਸੋਹਣਾ ਆਰਡਰ ਕਰਨ ਵਾਲੀ ਦਾ ਤਿਆਰ ਕਰਿਆ ਵਾ, ਕੱਲਾ ਕੱਲਾ ਥਾਨ, ਮੁੱਠੀ ਵਾਲਾ ਥਾਨ ਪੂਰਾ। ਬਾਕੀ ਬਾਈ ਗੁਲਾਬੀ ਥਾਨ ਆ ਤੇ ਠੀਕ ਆ, ਕੁਆਲਿਟੀ ਫੁੱਲ ਆ। ਸਹੀ ਗੱਲ ਆ, ਕੁਆਲਿਟੀ ਫੁੱਲ ਆ ਹਨਾ। ਚਵਾਈ ਤੂੰ ਕਿਵੇਂ ਭਰਾ? ਚਵਾਈ ਬਾਈ 1 ਨੰਬਰ ਆ, ਪੂਰੀ ਮੋਟੀ ਧਾਰ ਆ। ਠੀਕ ਆ, ਕੋਈ ਆਏ ਨਹੀਂ। ਲੈ ਬਾਈ ਸੀਰ ਸਰੀਫ ਇਸ ਵਾਰ ਹੀ ਆ। ਕੱਲਾ ਕੱਲਾ ਥਣ, ਪੂਰੀ ਵਿੱਤੀ ਦੇ ਥਣ, ਨਾੜਾ ਨੂੜਾ ਲੇਵੇ ਤੇ ਫੁੱਲ ਆ ਬਾਈ, ਕੀ ਬਾਤ ਆ। ਆਰਡਰ ਵੀ ਫਿਕਸ ਆ ਪੂਰਾ, ਆਏ ਨਹੀਂ। ਹਾਂ ਫਿਕਸ ਜੇ ਆਰਡਰ ਦੀ ਆ ਨਾ ਪਤਨਾ, ਜਰਸੀ ਆ ਪੰਜਾਬ ਵਾਲੀ, ਇੱਕ ਗੇੜਾ ਹੋਰ ਕਢਾਣੇ ਬਾਈ। ਹਾਂ ਕੋਈ ਚੱਕਰ ਨਹੀਂ ਨਾ ਪਤਾ ਆ, ਫੈਟ ਫੁੱਲ ਲਓ, ਗਰਮੀ ਬਿਲਕੁਲ ਨਹੀਂ ਮੰਨਦੀ, ਨਾ ਕਰਮ ਵਾਲੀ ਠੰਡ ਮੰਨੇ ਬਾਈ। ਫੇਸ ਦੇਖੋ, ਟੂਆ ਟੂਆ ਫੁੱਲ ਚੰਗਾ ਕਰਮ ਵਾਲੀ, ਤੋਰਾ 1 ਨੰਬਰ ਆ ਬਾਈ। ਤੇ ਮੁੱਲ ਕੀ ਆ ਭਰਾ? ਜੈ ਮੁੱਲ ਬਾਈ, ਜਿਵੇਂ ਆਪਣਾ ਅੱਗੇ ਵੀ ਵੀਡੀਓ ਚ ਨਾ ਜੈ ਜੀ ਹੁੰਦੇ, ਆਪਾਂ ਦਿਲ ਪਰਸੋਂ ਵੀਡੀਓ ਪਾਈ ਸੀ ਤੇ ਬਾਈ 1 ਘੰਟੇ ਬਹੁਤ ਸਾਰੇ ਸੇਲ ਹੋ ਗਏ, ਤੇ ਅੱਜ ਵੀ ਆਪਣਾ ਮਾਲ ਨਾ ਲਿਆ ਹੁੰਦਾ ਘਰੇਲੂ ਪਿੰਡਾਂ ਚੋਂ, ਓਕੇ, ਨਾਲ ਦੇ 10-12 ਕਿਲੋਮੀਟਰ ਚੋਂ ਲਿਆ ਹੁੰਦਾ ਮਾਲ, ਤੇ ਆਪਾਂ ਨੂੰ ਕੋਈ ਮੰਡੀ ਦਾ ਖਰਚਾ ਨਹੀਂ ਹੁੰਦਾ, ਕੋਈ ਹੋਰ ਨਹੀਂ ਪੈਂਦਾ, ਇਹਦਾ ਵੀ ਜਮਾ ਜਾਇਜ਼ ਰੇਟ ਵੀਰੇ 40,000 ਰੁਪਇਆ ਤੇ 2,000 ਦੀ ਛੋੜ ਆ ਇਹ ਚੋਂ। ਚੱਕ ਬਾਈ, ਜਮਾ ਜਾਇਜ਼ ਮੁੱਲ 40,000 ਰੁਪਇਆ ਮੁੱਲ, 38,000 ਦੀ ਵਛੀ ਦੇਣੀ ਆ, ਕਿਉਂਕਿ ਭਰਾ ਮੇਰੇ ਆਪਾਂ ਕੰਮ ਵਧਾਉਣਾ ਤੇ ਆਪਾਂ ਨੂੰ ਜੇ ਮਾਲ ਜਾਇਜ਼ ਮਿਲਦਾ ਆਪਾਂ ਵੀ ਕਮਾਈ ਕਰਾਂਗੇ ਵਧੀਆ ਜਾਇਜ਼ ਰੇਟ ਤੇ, ਪਸ਼ੂ 4 ਹੱਥਾਂ ਸੇਲ ਹੁੰਦੇ, ਵਧੀਆ ਦਿਹਾੜੀ ਬਣਦੀ ਆ ਬਾਈ। ਬਹੁਤ ਠੀਕ ਆ ਬਾਈ, ਓਕੇ। ਬਰੀਡ ਫੁੱਲ ਆ ਬਾਈ, ਥਾਣ ਲੈਵਾ ਕਮਾਲ ਦਾ, ਚਵਾਈ ਬਾਈ ਕਹਿੰਦਾ ਨੰਬਰ 1 ਤੇ ਮੁੱਠੀ ਵਾਲਾ ਥਾਣ ਆ, ਕੱਲਾ ਕੱਲਾ ਥਾਣ। ਵੱਡੀ ਗੱਲ ਮੁੱਲ ਦੀ ਹੁੰਦੀ ਆ, ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਬਾਈ, ਖਿੱਚ ਕੇ ਮੁੱਲ ਰੱਖਿਆ, ਲੈਣ ਦੇਣ ਵਾਲੀ ਰੇਟ ਆ ਬਾਈ। ਅੱਗੇ ਭਰਾ 2 ਨੰਬਰ ਤੇ ਗੱਭਣ। ਹਾਂ ਬਾਈ, ਇਹ ਗੱਭਣ ਆ, ਪਲੂਣ ਹੀ ਇਹ ਸੁੰਦੀ ਆ, ਸੂਣ ਚ ਹਜੇ ਇਹਦਾ ਬਾਈ 1 ਹਫ਼ਤਾ ਬਾਕੀ ਆ। ਠੀਕ ਆ ਬਾਈ, ਪਹਿਲਾ ਸੂਆ ਸੁੰਦੀ ਆ ਇਹ। ਕਿੰਨਾ ਕੁ ਦੁੱਧ ਦੇ ਦੂਆ? ਦੁੱਧ ਬਾਈ ਇਹ ਐਸਟੀਮੇਟ ਨਾ ਵੀਰੇ, ਜੇ ਸਾਹਮਣੇ ਦਾ ਲੇਵਾ ਗਾ ਬੈਡ ਚ ਜਿੰਦ ਜਾਣਾ, ਕੱਦ ਬੈਡ ਵਾਲੀ ਆ, ਆਪਾਂ ਬਾਹਲਾ ਤਾਂ ਨਹੀਂ, 15-14 ਕਿਲੋ ਦੁੱਧ ਖੁੱਲਾ ਮੰਨਦੇ ਆ, ਬਾਕੀ ਬਾਈ ਅਗਲੇ ਆਪਦੀ ਸਮਝ ਨਾਲ ਲੈ ਕੇ ਆਉਣਾ ਹਨਾ, ਕਿਉਂਕਿ ਅਣਜਾਣ ਤਾਂ ਅੱਜ ਕੱਲ੍ਹ ਬਾਈ ਕੋਈ ਵੀ ਨਹੀਂ। ਸਹੀ ਗੱਲ ਆ ਬਾਈ, ਖੋਲ ਦੋ ਬਾਈ, ਤੋੜ ਕੇ ਦਿਖਾ ਦੋ। ਉਹ ਪਤਾ ਨਹੀਂ ਬਾਈ, ਇਹ ਨਾ ਬਾਈ ਕੋਠੀ ਦੀ ਨਾ ਬੈਕ ਸਾਈਡ ਪਸ਼ੂ ਬੰਨੇ ਹੋਏ ਸੀ ਤੇ ਬੰਦਾ ਕੋਈ ਵਿੱਚ ਆਉਂਦਾ ਨਹੀਂ ਸੀਗਾ ਤੇ ਡਰਦੀਆਂ ਬਹੁਤ ਆ, ਇਹ ਤੁਰਨਾ ਇਹਨਾਂ ਸ਼ਾਇਦ ਹੀ ਮੁਸ਼ਕਲ ਹੀ ਆ, ਕਿਉਂਕਿ ਇਹ ਸੰਗਲ ਚ ਸੀਗੀ ਤੇ ਲਿਆਰੇ ਤਾਂ ਬੜੀ ਔਲ ਮੰਨਦੀ ਆ, ਉਸਦਾ ਮੁਸ਼ਕਲ ਨਾਲ ਹੀ ਤੁਰੇ ਇਹ। ਸਹੀ ਗੱਲ ਆ ਬਾਈ, ਆਇਆ ਪਤਾ ਫੇਸ ਬੜਾ ਚੰਗਾ, ਕੱਦ ਚੰਗਾ, ਪ੍ਰਿੰਟ ਚੰਗਾ, ਇਧਰ ਹੀ ਤੋਰ ਦਿੰਦੇ ਆ ਬਾਈ, ਇਹਨੇ ਜਾਣਾ ਨਹੀਂ ਉਧਰ, ਕੋਈ ਚੱਕਰ ਨਹੀਂ ਬਾਈ। ਲਿਆ, ਆਇਆ ਪਤਾ ਆ, ਆਇਆ ਕਲਰ ਬਹੁਤ ਚੰਗਾ ਬਾਈ, ਲਿਆਰੇ ਦੀ ਜ਼ਿਆਦਾ ਔਲ ਮੰਨਦੀ ਆ, ਸੰਗਲ ਚ ਸੀ।
ਕੱਦ ਫੁੱਲ ਆ ਬਈ, ਥਾਣ ਬਹੁਤ ਚੰਗਾ, ਮੁੱਠੀ ਵਾਲਾ ਥਾਣ, ਕੱਲਾ ਕੱਲਾ ਥਾਣ, ਬਾਕੀ ਸੀਲ ਠੰਡੀ, ਇਹਦਾ ਵੀ ਕੋਈ ਅੰਤ ਨਹੀਂ ਬਾਈ, ਜਿਵੇਂ ਮਰਜ਼ੀ ਤਵੇਰੀ ਚੱਲ, ਹਨਾ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ ਬਾਈ, ਕਹਿਣਾ ਗਰਮ ਵਾਲੀ ਨੇ ਕੁਛ ਨਹੀਂ, ਜਿਵੇਂ ਮਰਜ਼ੀ ਤਵੇਰੀ ਚੱਲ, ਠੰਡੀ ਫੁੱਲ ਆ, ਫੇਸ ਦੇਖੋ ਕਿਆ ਬਾਤ ਆ, ਬਿਊਟੀ ਬਹੁਤ ਚੰਗੀ ਆ ਨਾ ਬੈਡ ਤੇ, ਆਇਆ ਕਿਵੇਂ ਕਰਦੀਆਂ ਤੇ ਕੀ ਮੁੱਲ ਆ ਭਰਾ ਜਾਇਜ਼ਾ, ਮੁੱਲ ਬਾਈ ਇਹਦਾ 47,000 ਰੁਪਿਆ ਤੇ 45,000 ਦੀ ਦੇਵਾਂਗੇ, 47,000 ਰੁਪਿਆ ਮੁੱਲ, 45,000 ਦੀ ਬਾਈ, ਬਸ 2,000 ਤੋਂ ਕੋਈ ਇਹ ਚ ਸ਼ੋਰ ਆ ਬਾਈ, ਬੈਡ ਬਹੁਤ ਚੰਗੀ ਆ ਬਈ, ਲੇਵਾ ਲੂਗਾ ਕਮਾਲ ਦਾ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ, ਲੇਵੇ ਦੀ ਜਿਹੜੀ ਸਟਾਰਟਿੰਗ ਆ ਬਹੁਤ ਚੰਗੀ ਆ, ਹਜੇ ਦਿਨ ਲੈਂਦੀ ਬਾਈ, ਗਾਈਆਂ ਦੋਵੇਂ ਇਹ ਇਹੋ ਜੀਆਂ, ਦੁੱਧ ਭਲਾ ਘੱਟ ਦੇ ਦੇਣਾ ਪਰ ਫੈਟ ਵਧੀਆ ਆਊਗੀ, ਫੈਟ ਵਧੀਆ ਆਊਗੀ, ਹਾਂ ਮੱਝ ਨਾਲ ਦਾ ਦੁੱਧ ਦੇਣੀ ਆ, ਕਿਵੇਂ ਮੱਝਾਂ ਵਰਗਾ, ਹਾਂ ਮੱਝਾਂ ਵਰਗਾ ਦੁੱਧ ਹੋਊਗਾ ਬਾਈ, ਮੁੱਲ ਜਮਈ ਅੱਧੇ ਆ ਹਨਾ, ਹਾਂ ਅੱਗੇ ਭਰਾ 3 ਨੰਬਰ, ਕਿਹੜਾ ਸੂਆ ਭਰਾ, ਇਹ ਵੀ ਬਾਈ ਪਹਿਲੇ ਸੂਆ ਸੂਆ ਸੁੰਦੀ ਆ, ਲੋਨ ਨੇ ਸੂਆ, ਇਹਦਾ ਵੀ ਇੱਕ ਹਫਤਾ ਬਾਕੀ ਆ, ਹਫਤਾ ਕ ਬਾਕੀ, ਹਾਂ ਬਾਈ, ਕੀ ਕਿੰਨਾ ਕਿ ਦੁੱਧ ਦੀ ਦੁਆ ਸਟੀਮ, ਦੁੱਧ ਬਾਈ ਇਹ ਖੁੱਲਾ ਡੁੱਲਾ, ਇਹਨੂੰ ਆਪਾਂ ਦਾ 20x2 ਕਹੀ ਚੱਲੇ ਕੋਈ ਫਾਇਦਾ ਨਹੀਂ, ਸਹੀ ਆ, ਉਹ ਤਾਂ 17-18 ਕਿਲੋ ਆਰਾਮ ਨਾਲ ਜਾਈਏ, ਜਿਹੜੇ ਸਾਡਾ ਬਰੀਡ ਆ, ਪਲੀ ਜੁੜੀ ਚੰਗੀ ਆ, ਸਵੀ ਪਲੀ ਆ, ਸਹੀ ਗੱਲ ਆ, ਹਾਂ ਬਾਈ, ਫੇਸ ਬੜਾ ਚੰਗਾ, ਕੱਦ ਚੰਗਾ, ਰੰਗ ਰੂਪ ਚੰਗਾ, ਚਮਕ ਚੰਗੀ ਆ, ਕੱਲੀ ਕੱਚੀ ਕੱਚੀ ਆ ਦੇਣ ਲੈਂਦੀ ਆ, ਉਦੋਂ ਨੂੰ ਆਰਡਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ, ਪਹਿਲਾ ਸੂਆ ਬੈਡ ਆਂਗਾ ਕਨੇ ਵੀਰੇ, ਹਾਂ ਹਾਂ ਬਾਈ, ਪਹਿਲਾ ਸੂਆ ਪਲੂਨ ਹੁੰਦੀ ਆ ਵੀ, ਸਹੀ ਗੱਲ ਆ, ਕੱਚੀ ਕੱਚੀ ਆ, ਢਿੱਲਾਂ ਤੋਂ ਜੱਜ, ਬਾਕੀ ਥਾਂ ਲੇਵਾ ਦਿਖਾ ਦੋ ਬਾਈ, ਲੇਵਾ ਬਣਾਉ ਬਹੁਤ ਬਾਈ, ਜਿਹੜੇ ਹਿਸਾਬ ਨਾਲ ਲੇਵੇ ਦੀ ਤਿਆਰੀ ਹੈ ਨਾ ਸਟਾਰਟਿੰਗ, ਬਾਈ ਪੁੜੇ ਵੀ ਦਿਖਾ ਦੋ, ਹੋਏ ਪੁੜੇ ਕਿਸੇ ਪਾਸੋਂ ਨਹੀਂ ਬੰਨੇ ਬੈਠਨੇ, 10 ਦਿਨ ਲਏ ਤਾਂ ਹੁੰਦਾ 10 ਹੀ ਲੈ ਜਾਓ ਖੁੱਲੇ, ਸਹੀ ਗੱਲ, ਉਸ ਹਿਸਾਬ ਨਾਲ ਹੀ ਆਪਾਂ ਕਹਿੰਦੇ ਆ ਕਿ ਦੁੱਧ ਆਰਾਮ ਨਾਲ ਇੰਨਾ ਖੁੱਲਾ ਪਾਊਗੀ, ਸਹੀ ਗੱਲ, ਸੀਲ ਠੰਡੀ ਦਾ ਬਾਈ ਇਹਦਾ ਵੀ ਕੋਈ ਅੰਤ ਨਹੀਂ, ਤੇ ਕੀ ਮੁੱਲ ਆ ਭਰਾ ਜਾਇਜ਼ਾ, ਇਹਦਾ ਮੁੱਲ ਵੀਰੇ ਕਰਨ ਨੂੰ ਤਾਂ ਜਿਵੇਂ ਆਪਾਂ ਲੋਕਾਂ ਨੂੰ ਕਰਨਾ ਹੋਵੇ, ਹੁਣ ਜਿੱਥੋਂ ਆਪਾਂ ਇਹ ਬੈਠ ਲਈਏ ਵੀਰੇ, ਇਹਦਾ 75,000 ਰੁਪਇਆ ਮੁੱਲ ਕਰਦੇ ਸੀ, ਪਰ ਆਪਾਂ ਮੂੰਹ ਵੀ ਨਹੀਂ ਮੁੱਲ ਕਰਦੇ, ਆਪਣਾ ਜਮਾਂ ਰੇਟ ਜਮਾਂ 22 ਰੇਟ ਦਾ 62,000 ਰੁਪਇਆ 60,000 ਦੀ ਦੇਵਾਂਗੇ, ਚੱਕ ਬਾਈ 62,000 ਰੁਪਇਆ ਮੁੱਲ, 60,000 ਦੀ ਬਾਈ ਕਹਿੰਦਾ ਬੈਠ ਦੇ ਦੇਵਾਂਗੇ, ਮੁੱਲ ਕਰਾਉਣ ਨੂੰ ਜਿੱਡਾ ਮਰਜ਼ੀ, ਐਂ ਬਈ ਕਮਾਈ ਆਪਾਂ ਵੀ ਵਿੱਚੋਂ ਕਰਦੇ ਆ, ਇਹ ਨਹੀਂ ਗੱਲ, ਪਰ ਆਪਾਂ ਇਹ ਪਹੁੰਚ ਛੱਡ ਕੇ ਦਿੰਦੇ ਆ ਕਿਉਂਕਿ ਆਪਾਂ ਕੰਮ ਸਾਰੀ ਉਮਰ ਇਹੀ ਕਰਨਾ, ਸਹੀ ਗੱਲ ਆ ਬਾਈ, ਮੁੱਲ ਜਾਇਜ਼ ਹੋਣਗੇ ਬਾਈ ਫੇਰ ਹੀ ਹਨਾ ਗਾਹਕ ਬਣਦਾ, ਫੇਰ ਹੀ ਲੋਡ ਆਉਂਦਾ ਜਗਾੜ, ਕੱਲਾ ਕੱਲਾ ਥਾਣਾ, ਮੁੱਕੇ ਵਾਲਾ ਥਾਣਾ, ਚਾਰੇ ਥਾਣੇ ਪੂਰੇ ਗੈਪ ਤੇ, ਕੱਦ ਚੰਗਾ, ਰੰਗ ਰੂਪ ਚੰਗਾ, ਲੇਵਾ ਬਹੁਤ ਸੋਹਣਾ ਤਿਆਰ ਕਰਦੇ ਹੁੰਦੇ, ਕੱਲੀ ਕੱਚੀ ਕੱਚੀ ਆ, ਅੱਗੇ ਭਰਾ ਲਾਸਟ ਤੇ ਨਗੀਨਾ, ਕਿਹੜਾ ਸੂਆ ਭਰਾ ਬਾਈ, ਸੂਆ ਰੀਜਨਲ ਸੁਣਦੀ ਇਹ ਤੀਜਾ, ਦੂਜੇ ਸੂਏ ਦਾ 33 ਕਿਲੋ ਦੁੱਧ ਪਾਇਆ ਵਾ, ਓਕੇ, ਕੋਈ ਆਪਾਂ ਫਾਰਮ ਚੋਂ ਨਹੀਂ ਲਈ, ਘਰੋਂ ਬੰਨੀਆਂ ਹੋਈਆਂ ਗਾਈਆਂ ਚੋਂ ਲਈ ਆ, 10-12 ਬੰਦੇ ਗਾਈਆਂ ਰੱਖਿਆ ਹੋਇਆ ਸੀ, ਠੀਕ ਆ, ਤੇ ਤੀਜਾ ਸੂਆ ਰੀਜਨਲ ਸੁਣਦੀ ਆ, ਕੱਦ ਵੀ ਦੇਖ ਲਓ ਤੁਸੀਂ, ਕੱਦ ਫੁੱਲ ਆ, ਤੇ ਬੇਲ ਵੀ ਦੇਖ ਲਓ ਕਿੰਨੀ ਆ, ਤੇ ਦੈਣੇ ਦੇ ਹਜੇ ਖੁੱਲੇ ਡੁੱਲੇ 15 ਪਏ ਆ ਬਾਈ, 15 ਪਏ ਆ, ਜਿਹਦੇ ਨਾਲ ਸੂਗੀ, ਦੱਸੂਗੀ ਕਿ ਮੈਂ ਕੋਈ ਚੀਜ਼ ਆ, ਢਿੱਲਾਂ ਦਿਖਾ ਦੇ, ਢਿੱਲਾਂ ਬਹੁਤ ਪਈਆਂ ਸਾਰੀਆਂ, ਬਲ ਢਿੱਲਾਂ ਕੱਢੋ, ਲੈ ਝੋਲੀ ਦੇਖੋ, ਆ ਦੇਖੋ ਤਾਂ ਸਟਾਰਟਿੰਗ ਦੇਖ ਲਓ ਪਹਿਲਾਂ ਬਾਈ, ਸਟਾਰਟਿੰਗ ਚੈੱਕ ਕਰ ਲਓ ਸਾਰੀਆਂ ਬਲ ਢਿੱਲਾਂ ਕੱਢ ਕੇ ਨਾ, ਫੇਰ ਸੋਣਾ ਥਾਣ ਦੇਖੋ, ਆਬਰੇ ਹੈਗੀ ਆ 40-116 ਦੀ, ਓਕੇ, ਤੇ ਇਹਦੀ ਮਾਂ ਸੀਗੀ ਬੇਰਕਾ ਦੀ ਜੋਬਣੀ ਸੀਵਨ ਦੀ, ਇਹਦੇ ਲੱਗਿਆ ਵਾਗਾ, ਉਹ ਕਲੀਅਰ ਕਰਕੇ ਦੱਸ ਦਾਂਗੇ, ABS ਦਾ ਕੋਈ ਸੀਮਨ ਲੱਗਿਆ ਵੀਰੇ, ਮੇਰੇ ਯਾਦ ਨਹੀਂ, ਇੱਕ ਤਾਂ ਮੈਨੂੰ ਦੱਸੇ ਬਈ ਹੈਮਰ ਕਹਿੰਦੇ, ਹਾਂ ਹੈਮਰ ਲੱਗਿਆ ਵਾ ਇਹਦੇ ਵੀਰੇ, ਤੇ ਹੈਮਰ ਤੋਂ ਇਹ ਗੱਬਣਾ, ਓਕੇ ਬਾਈ, ਹਾਂ ਹੋ ਲੈ ਬਈ ਤੋਰ ਕੇ ਦਿਖਾ ਦੇ, ਟਾਂਚਾ ਫੁੱਲ ਆ, ਪਲੀ ਵੀ ਫੁੱਲ ਆ, ਤੇ ਥਣ ਲੇਵਾ ਕਮਾਲ ਦਾ, ਮੁੱਠੀ ਵਾਲਾ ਥਣ, ਗੁਲਾਬੀ ਥਣ, ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ, ਫੇਸ ਦੀ ਬਿਊਟੀ ਦੇਖੋ, ਗੋਦੀ ਬਹੁਤ ਚੰਗੀ ਆ, ਸਨੱਖ ਪੁਣਾ ਬੈਡ ਦੇ ਵਿੱਚ ਫੁੱਲ ਆ ਬਾਈ, ਤੋਰਾ ਤੇ ਵਜਨ ਦੇਖੋ ਪਹਿਲਾਂ, ਕਿਆ ਬਾਤ ਆ, ਪਰਲੇ ਪਾਸੇ ਬਾਈ ਤੁਰਿਆ ਜਾਂਦਾ, ਉਸ ਹਿਸਾਬ ਨਾਲ ਕੱਦ ਦਾ ਅੰਦਾਜ਼ਾ ਲਾ ਲਿਓ, ਫੁੱਲ ਕੱਦ ਦਾ ਕੋਈ ਛੋਟ ਹੀ ਨਹੀਂ ਬਾਈ, ਫਾਰਮ ਵਾਲੀ ਬੈਡ ਆ ਹਨਾ ਭਰਾ, ਹਾਂ ਹਾਂ ਬਾਈ ਲਈ ਘਰੋਂ ਆ, ਜੇ ਆਪਾਂ ਐਵੇਂ ਲੋਕਾਂ ਨੂੰ ਝੂਠ ਮਾਰ ਕੇ ਉਵੇਂ ਕਹਿੰਦਾ ਫਾਰਮ ਚੋਂ ਖੁੱਲੀ ਫਿਰਦੀ ਲਈ ਆ, ਉਹਦਾ ਕੋਈ ਫਾਇਦਾ ਨਹੀਂ, ਬੰਨਿਆ ਹੋਇਆ ਚੋਂ ਲਈ ਆ, ਠੀਕ ਆ ਬਾਈ।
ਲਈ ਬਾਈ ਕਹਿੰਦਾ ਘਰੋਂ ਆ ਵੈਸੇ ਢਾਂਚਾ ਜਿਹੜਾ ਫਾਰਮ ਵਾਲੀਆਂ ਗਾਵਾਂ ਵਾਲਾ ਬਾਈ ਕਮਾਲ ਪਲੀ ਵੀ ਫੁੱਲ ਚੰਗੀ ਖੁਰਾਕ ਤੁਆਈ ਆ ਕਰਮ ਵਾਲੀ ਬਾਕੀ ਬਾਈ ਬੱਚੀ ਦੀ ਬੈਠ ਦੀ ਲੈਂਥ ਦੇਖੋ ਹਾਂ ਤੇ ਫੇਸ ਕੁਆਲਿਟੀ ਦੇਖ ਲਓ ਲੈਂਥ ਦੇਖੋ ਫੇਸ ਕੁਆਲਿਟੀ ਦੇਖੋ ਪਲੀ ਵੀ ਫੁੱਲ ਆ ਕਰਮ ਵਾਲੀ ਇੱਕ ਜਿਹੜਾ ਹੋਰ ਦੁਬਾਰਾ ਕਢਾਣੇ ਬਾਈ ਲੈ ਕੋ ਬਾਈ ਕੋ ਕੁਆਲਿਟੀ ਚੈੱਕ ਕਰ ਲਓ ਕਿਆ ਬਾਤ ਆ ਬਾਈ ਕਿੰਨਾ ਰਿਕਾਰਡ ਦੱਸਿਆ ਭਰਾ ਨੇ ਦੁੱਧ ਦੁੱਧ ਬਾਈ 33 ਕਿਲੋ ਇਹਦਾ ਪਾਇਆ ਵਾ ਐਨਕਿ 35 ਪਲੱਸ ਚੱਲੂਗੀ ਉਹ ਹੀ ਆਪਾਂ 40 ਵਾਲੀ ਨਹੀਂ ਕਹਿੰਦੇ ਤੇ ਰੇਟ ਬਾਈ ਇਹਦਾ ਵੀ ਆਪਣਾ ਜਮਾ ਬਾਈ ਵੀ ਹੋਊਗਾ ਇਹੀ ਬੈਠ ਕਿਸੇ ਬਾਈ ਕੋਲੇ ਹੋਰ ਹੁੰਦੀ ਜਾਂ ਮੰਡੀਆਂ ਤੋਂ ਲਿਆਉਂਦੀ ਹੁੰਦੀ ਅਗਲਾ ਇਹਦਾ ਮੁੱਲ 1.55 ਡੇਢ ਕਰਦਾ ਪਰ ਆਪਣਾ ਮੁੱਲ 1,17,000 ਰੁਪਇਆ ਬਾਈ 1,17,000 ਤੇ 2,000 ਦੀ ਛੋੜਾ 1,15 ਦੀ ਬਸ ਜੈਸਨ ਹੋਈ ਹੈ 1,15,000 ਦੀ ਬਾਈ ਕਹਿੰਦਾ ਬੈਠ ਦੇ ਦਾਂਗੇ ਇਹੀ ਕਿਸੇ ਹੋਰ ਬੰਦੇ ਕੋਲੇ ਹੁੰਦੀ ਅਗਲੇ ਦਾ ਮੁੱਲ 1,50,000 1,55 ਕਰਨਾ ਸੀ ਤੇ ਪਰ ਆਪਾਂ ਦੇਖ ਲਓ ਬਾਈ ਜਿਵੇਂ ਬਾਈ ਰੇਟ ਕੀਤਾ ਚੀਜ਼ ਜਾਨਵਰ ਦਾ ਹਿਸਾਬ ਨਾਲ ਕੋਈ ਮੁੱਲ ਜ਼ਿਆਦਾ ਨਹੀਂ ਇਹਦਾ ਸਹੀ ਗੱਲ ਆ ਬਾਈ ਸਹੀ ਗੱਲ ਬਸ ਪੁੱਤ ਬਸ ਕੁਆਲਿਟੀ ਫੁੱਲ ਬਰੀਡ ਫੁੱਲ ਚੰਗੇ ਸੀਮਣ ਦੀ ਚੰਗੇ ਸੀਮਣ ਤੋਂ ਕਰਮ ਵਾਲੀ ਅੱਗੇ ਗੱਭਣ ਆ ਬਾਈ ਇਹ ਸਾਰਾ ਰਿਕਾਰਡ ਆ ਜਿਹੜਾ ਬਾਈ ਕੋਲੇ ਹੈਗਾ ਨਾੜਾ ਨੂੜਾ ਲੈ ਵੇ ਤੇ ਫੁੱਲ ਆ ਕੱਚੀ ਕੱਚੀ ਜ਼ਰੂਰ ਆ ਦਿਨ ਬਾਈ ਨੇ ਦੱਸਿਆ 15 ਦਿਨ ਦੀ ਆਪਣਾ ਹਾਂ ਹਾਂ ਬਾਈ ਖੁੱਲੇ ਡੁੱਲੇ ਦੇ ਜੂਗੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਣੂਗੀ ਬਹੁਤ ਬਾਈ ਜਿਹੜੇ ਹਿਸਾਬ ਨਾਲ ਲੇਬਰ ਦੀ ਤਿਆਰੀ ਹੈ ਨਾ ਉਸ ਹਿਸਾਬ ਨਾਲ ਬਾਕੀ ਜਿੱਥੋਂ ਲਈ ਆ ਹੱਥੀਂ ਚਵਾਈ ਕਰਦੇ ਸੀਗੇ ਤੇ ਦੋਵੇਂ ਪਾਸੇ ਵੇਖ ਚੁੰਦੇ ਰਹੇ ਆ ਐਂ ਜੇਕਰ ਭਲਾ ਵਾਲਾ ਮਸ਼ੀਨ ਤੇ ਚਵਾਈ ਕਰ ਲੈ ਬਾਈ ਭਲਾ ਜੇ ਹੱਥੀਂ ਚਵਾਈ ਕਰ ਲੈ ਉਹ ਅਗਲੀ ਗਾ ਮਰਜੀ ਆ ਤੇ ਚੀਪਾ ਪੂਰਾ ਮਾਰਦੀ ਆ ਫੁੱਲ ਠੀਕ ਆ ਬਾਈ ਹਾਂ ਇੱਕ ਗੱਲ ਹੋਰ ਆ ਵੀਰੇ ਇਹ ਚ ਆਪਾਂ ਮਾਨਤਾ ਵਾਲਾ ਰੇਟ ਹੀ ਰੱਖਿਆਗਾ ਤੇ ਇਹ ਚ ਕੋਈ ਸੌਦਾਬਾਜੀ ਨਹੀਂ ਹੋਣੀ ਕਈ ਬੰਦੇ ਲੱਗਿਆਂ ਦੇ ਪਰ ਭਰਾਵਾਂ ਦਾ ਪਿਆਰ ਬਹੁਤ ਮਿਲਦਾ ਆਪਾਂ ਨੂੰ ਇਹ ਨਹੀਂ ਗੱਲ ਕੋਈ ਪਸ਼ੂ ਆਪਣੇ 2 ਘੰਟਿਆਂ ਸੇਲ ਹੋ ਜਾਂਦੇ ਆ ਪਰ ਇਹ ਚ ਬਸ 2,000 ਰੁਪਏ ਦੀਆਂ ਛੋਡਾਂ ਹੀ ਆ ਬਾਈ ਬਹੁਤ ਠੀਕ ਜੇ ਹੁਣ ਵੀ ਬਾਜ ਮੁੱਲ ਕਰਕੇ ਬਾਈ ਕਿਸੇ ਨੇ ਝੇੜ ਮਸਕਾਈ ਕਰਨੀ ਹੈ ਹਨਾ ਫਿਰ ਤਾਂ ਗੱਲ ਮਾੜੀ ਆ ਯਾਰ ਸਹੀ ਗੱਲ ਬਾਈ ਮੁੱਲ ਭਰਾ ਦੇ ਜਮਾ ਜਾਇਜ਼ ਆ ਬਾਈ ਕੋਈ ਬਾਹਲਾ ਉੱਲਾ ਨਹੀਂ ਰੱਖਦਾ ਬਾਈ ਵੀ ਮੰਗ ਲਾ ਕੁਛ ਦੇਣ ਕਿੰਨੇ ਦੀ ਆ ਹਨਾ ਬਾਈ ਜਮਾ ਜਾਇਜ਼ ਕਿਉਂਕਿ ਇੱਕ ਆਏ ਨਾ ਵੀਰੇ ਗੱਲ ਆਪਣੇ ਵੀ ਪਿੰਡਾਂ 'ਚ ਲੰਗਾਂ ਹੁੰਦੀਆਂ ਕੋਈ ਇਹ ਚਾਹੇ ਤਾਂ ਹੈ ਨਹੀਂ ਕਿ ਆਪਾਂ ਨੂੰ ਫ੍ਰੀ 'ਚ ਆਉਂਦੀਆਂ ਇਹ ਸਹੀ ਗੱਲ ਪਰ ਫਿਰ ਵੀ ਆਪਾਂ ਲੋਕਾਂ ਨੂੰ ਰੇਟ ਜਮਾ ਬਾਜ ਮੁੱਲ ਕਰਦੇ ਹਾਂ ਕਿਸੇ ਵੀਰ ਨੂੰ ਚਾਰਾਂ 'ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ।